हेलो डियर स्टूडेंट्स यू आर वेलकम इन टुडेस क्लास आज ਆਪਾਂ ਬੇਟਾ ਕਰਦੇ ਆ ਪੋਇਮ ਦਾ ਲਿਟਲ ਬਲੈਕ ਬாய் ਇਸ ਨੂੰ ਲਿਖਿਆ ਹੈ ਪੋएट विलियम प्लेक ਨੇ ਨਾਮ ਤੋਂ ਹੀ ਪਤਾ ਲੱਗ ਰਿਹਾ ਲਿਟਲ ਬਲੈਕ ਬாய் ਕਾਲੇ ਰੰਗ ਦਾ ਬੱਚਾ ਤਾਂ ਜਿਹੜੀ ਪੋਇਮ ਹੈ ਬੇਟਾ ਇਹ ਕਾਲੇ ਰੰਗ ਤੇ ਚਿੱਟੇ ਰੰਗ ਦੇ ਅੰਤਰ ਨੂੰ ਦਰਸਾਉਂਦੀ ਹੈ ਏ ਪੋਇਮ ਪਬਲਿਸ਼ਡ ਇਜ਼ 1789 ਦੇ ਵਿੱਚ ਜਦੋਂ ਸਲੇਵਰੀ ਅਰਥਾਤ ਗੁਲਾਮੀ ਗੁਲਾਮੀ ਕਰਵਾਉਣਾ ਇਹ ਹਲੇ ਵੀ ਕਾਨੂੰਨੀ ਸੀ ਨ ਕਾਨੂੰਨੀ ਮੰਨਤਾ ਹੈਗੇ ਸੀ ਤੇ ਕੰਪੇਨ ਚੱਲ ਰਹੀ ਸੀ ਕੰਪੇਨ ਹੰਦ ਮਿਹਨ ਚਲਾਈ ਜਾ ਰਹੀ ਸੀ ਕਿ ਸਲੇਵਰੀ ਨੂੰ ਖਤਮ ਕੀਤਾ ਜਾਵੇ ਕੰਪੇਨ ਫॉर ði ਇਵੋਲੂਸ਼ਨ ਆਫ ਸਲੇਵਰੀ ਵਾਸ ਸਟਿਲ ਜੰਬਿ ਖਲੇਪੂਰੀ ਜਵਾਨ ਸੀ ਚੱਲ ਰਹੀ ਸੀ ਇਨ ðiਸ ਪੋਇਮ ði ਪੋਇਟ ਟੈਲਸ ਥਰੂ ਏ ਇਨੋਸੈਂਟ ਚਾਈਲਡ ਥੈਟ ਬਾਡੀ ਇਜ਼ ਟੈਂਪਰੇਰੀ ਬਟ ਸੋਲ ਇਜ਼ ਪਰਮਨੈਂਟ ਇਸ ਪੋਇਮ ਦੇ ਵਿੱਚ ਜਿਹੜਾ ਪੋਇਟ ਹੈ ਉਹ ਇੱਕ ਬੱਚੇ ਰਾਹੀਂ ਇਹ ਦਸਾਉਂਦਾ ਹੈ ਦੁਨੀਆ ਨੂੰ ਕਹਿੰਦੇ ਕਿ ਜਿਹੜੀ ਬਾਡੀ ਦਾ ਕਲਰ ਵਗੈਰਾ ਚਾ ਬਾਡੀ ਇਟੈਂਪੋਰਰੀ ਹੈ ਕੁਝ ਸਮੇਂ ਲਈ ਹੈ ਬਟ ਜੋ ਸੱਡੀ ਆਤਮਾ ਦੀ ਖੂਬਸੂਰਤੀ ਹੈ ਉਹ ਪਰਮਨੈਂਟ ਤਾਂ ਸ਼ੁਰੂ ਕਰਦੇ ਹਾਂ ਬਟ ਆ ਪੋਇਮ ਫਰਸਟ ਸਟੈਂਜ਼ਾ ਵਿੱਚ ਹੀ ਤੁਹਾਨੂੰ ਕੁਐਸਚਨਸ ਮੈਂ ਦੱਸੀ ਚਾਹੂੰਗੀ ਨਾਲ ਦੀ ਨਾਲ ਯੂ ਹੈਵ ਟੂ ਲਰਨ ਥੀਸ ਕੁਐਸਚਨਸ ਤਾਂ ਫਰਸਟ ਸਟੈਂਜ਼ਾ ਆਪਣਾ ਮਾਈ ਮਦਰ ਬੋਮੀ ਇਨ ਦਾ ਸਾਊਥਰਨ ਵਾਲਟ ਐਂਡ ਆਮ ਬਲੈਕ ਬਟ ઓ ਮਾਈ ਸੋਲ ਇਜ਼ ਵਾਈਟ ਮੇਰੀ ਮਾਣੀ ਮੈਨੂੰ ਸਾਊਦਰਨ ਦੱਖਣੀ ਜੰਗਲਾਂ ਦੇ ਵਿੱਚ ਜਨਮ ਦਿੱਤਾ ਸਾਊਥ ਅਫਰੀਕਾ ਬਲ ਦੀ ਗੱਲ ਹੋ ਰਹੀ ਹੈ ਐਂਡ ਆਮ ਬਲੈਕ ਮੈਂ ਕਾਲਾ ਹਾਂ ਬਟ ਮਾਈ ਸੋਲ ਇਜ਼ ਵਾਈਟ ਪਰ ਮੇਰੀ ਆਤਮਾ ਤਾਂ ਚਿੱਟੀ ਹੈ ਪਵਿੱਤਰ ਹੈ ਵਾਈਟ ਐਜ਼ ਐਨ ਐਂਜਲ ਇਜ਼ ਦਾ ਇੰਗਲਿਸ਼ ਚਾਈਲਡ ਮੈਂ ਇੰਨਾ ਵਾਈਟ ਹਾਂ ਜਿਵੇਂ ਇੰਗਲਿਸ਼ ਚਾਈਲਡ ਦੀ ਤਰ੍ਹਾਂ ਵਾਈਟ ਐਜ਼ ਐਨ ਐਂਜਲ ਇਜ਼ ਦਾ ਇੰਗਲਿਸ਼ ਚਾਈਲਡ ਪਰ ਮੇਰੇ ਸੋਲ ਜਿਹੜੀ ਐ ਏਨੀ ਵਾਈਟ ਮੈਂ ਤਾਂ ਕਾਲਾ ਰੰਗ ਤਾਂ ਪਰ ਮੇਰੇ ਸੋਲ ਏਨੀ ਵਾਈਟ ਐ ਜਿਵੇਂ ਅੰਗਰੇਜ਼ੀ ਬੱਚਾ ਹੁੰਦਾ ਹੈ ਬਟ ਆਈ ਏਮ ਬਲੈਕ ਪਰ ਮੈਂ ਇੰਨਾ ਬਲੈਕ ਹਾਂ ਜਿਵੇਂ ਮੈਂ ਬਰੀਵਡ ਆਫ ਲਾਈਟ ਬਰੀਵਡ ਹੁੰਦਾ ਬੰਜਾ ਹੋ ਜਾਣਾ ਬੰਚਿਤ ਹੋ ਜਾਣਾ ਜਿਸ ਤਰ੍ਹਾਂ ਮੈਨੂੰ ਰੋਸ਼ਨੀ ਤੋਂ ਵਾਂਝਾ ਕਰ ਦਿੱਤਾ ਗਿਆ ਹੋਵੇ ਮੈਂ ਇੰਨਾ ਕਾਲਾ ਹਾਂ ਪਰ ਆਤਮਾ ਮੇਰੀ ਏਨੀ ਵਾਈਟ ਹੈ ਤੇ ਕਿ ਕੁਐਸਚਨ ਦੇਖੋ ਨੇਮ ਆਫ ਦਾ ਪੋਇਟ ਐਂਡ ਪੋਇਮ ਹਰ ਪੈਰੇ ਦੇ ਵਿੱਚ ਤੁਹਾਨੂੰ ਬਤਾਂਦਾ ਹੀ ਹੈ पोइम का नाम द लिटिल ब्लैक बॉय एंड पोइट का नाम विलियम ब्लेक ये आप बार बार नहीं करा हाँ जी कि बट आई एम ब्लैक ये पूछा जाता है विच कलर ऑफ द बॉडी द स्किन ऑफ द पोइट की है ब्लैक विच कलर ऑफ हिज सोल वाइट जा माय सोल इज़ वाइट व्हाट इज़ इट मीन इट मींस दैट पोइट सोल इज़ प्योर बट इज़ प्योर पी यू आर ई pure soul okay but does the poet call the english child ki kenda english child nu oh angel he calls him an angel ha ji question ide vich hor vadiya bandda hai esse third line de vich why it as an angel is the english child esse line de vich which figure of speech is used pata lagge tonu main dasseya se na tonu simile de vich kede kede do shabd hunde ne देते कंपैरिजन कित्ता ਹੋਵੇ ਐਂਸ ਤੇ ਲਾਈਕ ਕੇਸ ਲਾਈਨਸ ਤੁਸੀਂ ਐਸ ਦੇਖ ਰਹੇ ਹੋ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਅੱਜ ਹਾਂਜੀ ਵਾਈਟ ਐਜ਼ ਐਨ ਐਂਜਲ ਐਂਜਲ ਦੀ ਤਰ੍ਹਾਂ ਵਾਈਟ ਤਰ੍ਹਾਂ ਆ ਗਿਆ ਨਾ ਇਸ ਕਰਕੇ ਕੇਸ ਲਾਈਨ ਦੇ ਵਿੱਚ ਕੀ ਹੈ سیمਲੀ ਤਾਂ ਚ ਫਿਗਰ ਆਫ ਸਪੀਚ ਕੀ ਹੋ ਗਿਆ ਬੇਟਾ سیمਲੀ ਲੈਟ ਅਸ ਗੋ ਟੂ ਦ ਨੈਕਸਟ ਸਟਾਂਜਾ ਮਾਈ ਮਦਰ ਟੌਚ ਮੀ ਅੰਡਰ ਨੀਥਾ ਟਰੀ ਮੇਰੀ ਮਾਂ ਨੇ ਮੈਨੂੰ ਇੱਕ ਦਰਖਤ niche ਬੈਠ ਕੇ ਸਮਝਾਇਆ ਐਂਡ ਸਿਟਿੰਗ ਡਾਊਨ ਬਿਫੋਰ ਦ ਹੀਟ ਆਫ ਡੇ ਤੇ ਦਿਨ ਦੀ ਜਿਹੜੀ ਧੁੱਪ ਸੇਕਦੇ ਹੋਏ ਉੱਥੇ ਬੈਠ ਕੇ ਸ਼ੀ ਟੁਕ ਮੀ ਔਨ ਹਰ ਲੈਪ ਐਂਡ ਕਿਸਟ ਮੀ ਉਸਨੇ ਮੈਨੂੰ ਆਪਣੀ ਗੋਦੀ ਵਿੱਚ ਲਿਆ ਤੇ ਉਹਨਾਂ ਪਿਆਰ ਕੀਤਾ ਇਸ ਤੋਂ ਹੀ ਇਹ ਵਿਚਾਰ ਹੁੰਦਾ ਕਿ ਮਾਂ ਨੂੰ ਆਪਣੇ ਹਰ ਬੱਚਾ ਪਿਆਰਾ ਹੁੰਦਾ ਚਾਹੇ ਉਹ ਕਾਲਾ ਹੈ ਚਾਹੇ ਗੋਰਾ ਹੈ ਐਂਡ ਪੁਆਇੰਟਿੰਗ ਟੂ ði ਈਸਟ ਵਿਗੈਨ ਟੂ ਸੀ ਸੇ ਪੁਆਇੰਟਿੰਗ ਟੂ ði ਈਸਟ ਈਸਟ ਚ ਕੀ ਹੁੰਦਾ ਬੇਟਾ ਪਤਾ ਕੀ ਹੁੰਦਾ ਨਾਟ ਨਹੀਂ ਬੇਟਾ ਤਾਂ ਪਤਾ ਹੋਣਾ ਚਾਹੀਦਾ ਸਨ ਰਾਈਜ਼ਸ ਇਨ ði ਈਸਟ ਤਾਂ ਸੂਰਜ ਸੂਰਜ ਵਾਲ ਇਸ਼ਾਰਾ ਕਰਦੇ ਹੋ ਓ ਕੈਨ ਲੱਗੀ ਕੀ ਕੈਨ ਲੱਗੇ ਬੇਟਾ ਨੈਕਸਟ ਪੈਸੇਜ ਦੇਖਦੇ ਹਾਂ ਸਟੈਂਜਰਚ ਲੁੱਕ ਔਨ ਦਾ ਰਾਈジング ਸਨ देयर ਗॉड ਡਸ ਲਿਵ ਉਥੇ ਪਰਮਾਤਮਾ ਰਹਿੰਦਾ ਹੈ ਕਿ ਪਰਮਾਤਮਾ ਦਾ ਰੂਪ ਹੈ ਉਹ ਐਂਡ ਗਿਵਸ ਹਿਸ ਲਾਈਟ ਆਪਣੀ ਰੋਸ਼ਨੀ ਦਿੰਦਾ ਐਂਡ ਗਿਵਸ ਹਿਸ ਹੀਟ ਤੇ ਆਪਣੀ ਹੀਟ ਦਿੰਦੇ ਦੇਖੋ ਦੋਨੋਂ ਚੀਜ਼ਾਂ ਦਿੰਦਾ ਸਨ ਕੀ ਦਿੰਦਾ ਸਾਨੂੰ ਲਾਈਟ ਵੀ ਦਿੰਦਾ ਹੀਟ ਵੀ ਦਿੰਦਾ ਕੁਸਚਨ ਚ ਆਊਗਾ ਤੁਹਾਡੇ ਠੀਕ ਹੈ ਲੀ ਹੀਟ ਵੀ ਤੇ ਲਾਈਟ ਵੀ ਐਂਡ ਫਲਾਰਸ ਐਂਡ ਟ੍ਰੀਜ਼ ਐਂਡ ਬੀਸਟਸ ਐਂਡ men ਕੌਣ ਕੌਣ ਰਿਸੀਵ ਕਰਦਾ ਹੀਟ ਫਲਾਰਸ ਟ੍ਰੀਜ਼ ਬੀਸਟਸ ਬੀਸਟਸ ਕਿੰਨੇ ਜਾਨਵਰ men ਰਿਸੀਵ ਕਰਦੇ ਨੇ ਕੰਫਰਟ ਇਨ ਮਾਰਨਿੰਗ ਜੋਏ ਔਨ ਦਾ ਨੂਨ ਟੂ ਦਪੈਰ ਦੇ ਸਮੇ ਕੰਫਰਟ ਇਨ ਦਾ ਮਾਰਨਿੰਗ ਸਵੇਰ ਸਮੇ ਕੰਫਰਟ ਜੋਏ ਇਨ ਦਾ ਨੂਨ ਡੇ ਦਪੈਰ ਸਮੇ ਖੁਸ਼ੀ ਸਰਦਾ ਸੂਰਜ ਸਾਨੂੰ ਦਿੰਦਾ ਹੈ ਤਾਂ ਕਿਹੜੇ ਕਿਹੜੇ ਕੁਐਸਚਨ ਤੁਹਾਡੇ ਸਾਹਮਣੇ ਬੰਦੇ ਨੇ वट डज द सन गिवज अस तो आंसर तो की होगा लाइट एंड हीट ऑनली आंसर इज लाइट एंड हीट वट आर द थिंग्स दैट रिसीव लाइट एंड हीट कि चीजा रिसीव कर दया ने लाइट तो हीट न पता तह फ्लावर्स ट्रीज बेसटस मैन सौखा बिचों देख के तो लिखने फलार्स ट्रीज बेसटस एंड मैन नैक्सट क्वेश्चन की हो सकता है वट डू वी गैट इन द मोर्निंग फ्रॉम द सन मॉर्निंग की प्राप्त करते हैं सन तो असं कम्फर्ट and what does we get in the noon joy it's okay comfort in the morning and joy in the noonday very easy questions let us go to the next stanza and we are put on earth a little space that we may learn to wear the beams of love beams of love of ਸੂਰਜ ਦਿਨ ਜੋ ਕਿਰਨਾ ਨੇ ਪਿਆਰ ਦੀਆਂ ਜੋ ਕਿੰਨਾਂ ਨੇ ਸਾਨੂੰ ਇਹ ਸਾਰਿਆਂ ਨੂੰ ਸਿਆਣਾ ਆਉਣਾ ਚਾਹੀਦਾ ਐ ਐਂਡ ਥਿਸ ਬਲੈਕ ਬਾਡੀਜ਼ ਐਂਡ ਥਿਸ ਸਨ ਵਰਨਟ ਫੇਸ ਇਹ ਕਾਲੇ ਸ਼ਰੀਰ ਤੇ ਸੂਰਜ ਦਾ ਜਲਿਆ ਹੋਇਆ ਚਿਹਰਾ ਅਰਥਾਤ ਬਲੈਕ ਕਲਰ ਇਸ ਵਾਚਾ ਕਲਾਊਡ ਸਿਰਫ ਇੱਕ ਬੱਦਲ ਹੈ ਬੱਦਲ ਛੇਤੀ ਛੱਟ ਜਾਂਦਾ ਨੇ ਬੜਾ ਸੂਰਜ ਆਂਦਿਆ ਬੱਦਲ ਪਰਾਂ ਹੋ ਜਾਂਦੇ ਨੇ ਲਾਈਕ ਅ ਸ਼ੇਡੀ ਗ੍ਰੋਬ ਸ਼ੇਡੀ ਗ੍ਰੋਬ ਕੀ ਹੁੰਦਾ ਦਰਖਤਾਂ ਵਾਲਾ ਝੁੰਡ ਸ਼ੇਡੀ ਗ੍ਰੋਬ ਜਿੱਥੇ ਦਰਖਤ ਹੋਣ ਚੰਦਾਰ ਦ੍ਰਕਤ ਉਹ ਨਾਨੋ ਸ਼ੈਡੀ ਬਲੌਕ ਕਹਿੰਦੇ ਆ ਹੁਣ ਆਪਾਂ ਕੁਐਸਚਨ ਸੋਚੀ ਕਿਹੜੇ ਕਿਹੜੇ ਇਸ ਪੈਰੇ ਵਿੱਚ ਆ ਸਕਦੇ ਨੇ ਹਾਂਜੀ ਪੋਇਮ ਤੇ ਪੋਇਟ ਦਾ ਨਾਮ ਤਾਂ ਬਾਰ-ਬਾਰ ਕਰ ਨਹੀਂ ਨਹੀਂ ਹਾਂਜੀ ਵੇਅਰ ਵੀ ਆਰ ਵੇਅਰ ਆਰ ਵੀ ਪੁਟ 온 ਕਿੱਥੇ ਪੁਟ 온 ਕਿਤੇ ਗਏ ਸੀ ਅਰਥ ਤੇ ਤਾਂ ਵੇਅਰ ਪੁਟ 온 ਅਰਥ ਥਿਸ ਵਨ ਇਜ਼ ਆਨਸਰ ਬਟ ਸ਼ੁਡ ਵੀ ਲਰਨ ਟੂ ਵੇਅਰ ਸਾਨੂੰ ਕੀ ਵੇਅਰ ਕਰਨਾ ਸਿੱਖਣਾ ਚਾਹੀਦਾ ਹੈ what should be learn to wear the beams of love we should ethe meri than te apa should kar dange je apa question home banane abe should learn to wear the beams of love but are the black bodies compared to kis naal compare kita gaya black body nu ta lagge beta cloud naal black bodies are compared to a cloud what is meant by sunburnt face sunburnt face What is the sunburnt face dark color color of the black face for color of the face black face the sunburnt face kie? black this is representation of a black color of the face all clear then let us go to the next stanza for when our souls have learned the heat to be ਜਦੋਂ ਸਾਡੀਆਂ ਆਤਮਾਾਂ ਮਾਂ ਨੇ ਇਸ ਸੀਟ ਨੂੰ ਬੇਅਰ ਕਰਨਾ ਸਿੱਖ ਲਿਆ ਦਾ ਕਲਾਊਡ ਵਿਲ ਵੈਨਿਸ਼ ਵੀ ਸ਼ਲ ਹਿਅਰ ਹਿਸ ਵੌਇਸ ਇਹ ਬੱਦਲ ਖਤਮ ਹੋ ਜੂ ਬੈਨਿਸ਼ ਹੋ ਜੂਗਾ ਬੱਦਲ ਡਿਸ ਅਪੀਅਰ ਹੋ ਜੂਗਾ ਬੱਦਲ ਆ ਨਾ ਸਿਉ ਦੀ ਆਵਾਜ਼ ਨੂੰ ਸੁਣ ਸਕਾਂਗੇ ਉਹਦੀ ਆਵਾਜ਼ ਪ੍ਰਮਾਤਮਾ ਦੀ ਆਵਾਜ਼ ਉਸ ਨੂੰ ਸੁਣ ਸਕਾਂਗੇ ਕੀ ਕਹਿ ਰਹੀ ਹੈ ਸਿੰਗ ਕਮ ਆਊਟ ਫਰਮ ਦਾ ਗਰੋ ਮਾਈ ਲਵ ਐਂਡ ਕੇਅਰ ਆਓ ਇਸ ਚੁੰਡ ਚੋਂ ਬਾਹਰ ਆਓ ਮੇਰੇ ਪਿਆਰ ਦੇ ਅਧੀਨ ਆਓ ਮੇਰੀ ਕੇਅਰ ਦੇ ਵਿੱਚ ਆਓ ਐਂਡ ਡਰਾਉਨ ਮਾਈ ਗੋਲਡਨ ਟੈਂਟ ਲਾਈਕ ਲੈਂਬਸ ਰੀਜਾਇਸ ਇਸ ਸੁਨਹਿਰੀ ਟੈਂਟ ਦੇ ਵਿੱਚ ਨੀ ਲੇਲੇ ਜਿਹੜੇ ਨੇ ਲੈਂਬਸ ਜਿਵੇਂ ਭੇਡਾਂ ਦਾ ਬੱਚਾ ਕਹਿ ਲਓ ਲੈਂਬ ਇਥੇ ਬੱਚੇ ਨੂੰ ਕਿਹਾ ਗਿਆ ਇਨੋਸੈਂਟ ਚਾਈਲਡ ਤੋ ਸਰ ਇਹ ਬੱਚੇ ਕਿਸ ਦੇ ਪਰਮਾਤਮਾ ਦੇ ਟੈਂਟ ਕੀ ਦੇ ਪਰਮਾਤਮਾ ਦਾ 골ਡਨ ਟੈਂਟ ਹੈ ਗॉड ਦਾ ਔਰ ਲੈਂਬਸ ਕੀ ਹੈ ਚਾਈਲਡ ਤਾਂ ਤੁਸੀਂ ਸਾਰੇ ਮੇਰੇ ਟੈਂਟ ਦੇ ਵਿੱਚ ਮਿਲ ਕੇ ਰਹੋ ਕੌਣ ਸੇ ਕਰ ਰਿਹਾ ਹੈ ਪਰਮਾਤਮਾ ਦੀ ਆਵਾਜ਼ ਆ ਰਹੀ ਹੈ ਪਰਮਾਤਮਾ ਕਹਿ ਰਿਹਾ ਲੈਟਸ ਸੀ ਦ ਕੁਐਸਚਨਸ ਹਾਂਜੀ ਵੈਨ ਬਿਲਡ ਦਾ ਕਲਾਉਡ ਬਲੈਕ ਕਲਾਉਡ ਵੈਨਿਸ਼ ਕਦੋਂ ਵੈਨਿਸ਼ ਹੋਊਗਾ ਬਲੈਕ ਕਲਾਉਡ ਕਦੋਂ ਵੈਨਿਸ਼ ਹੋਏਗਾ ਬੇਟਾ ਜਦੋਂ ਅਸੀਂ ਬੀਅਰ ਦਾ ਹੀਟ ਵੈਨ ਬੀ ਲਰਨ ਟੂ ਬੀਅਰ ਦਾ ਹੀਟ ਥੋੜਾ ਜਿਹਾ ਚੇਂਜ ਕਰਨਾ ਬਗ ਜੇ ਮੈਂ ਲਾਂਡੇ ਤਾਂ ਲਾਂਨ ਲਿਖਾਂਗੇ ਵੈਨ ਬੀ ਲਰਨ ਟੂ ਬੀਅਰ ਦਾ ਹੀਟ ਬਟ 윌 ਹੈਪਨ ਵੈਨ ਦਾ ਬਲੈਕ ਕਲਾਉਡ ਵੈਨਿਸ਼ ਯਰ ਬਲੈਕ ਕਲਾਉਡ ਵੈਨਿਸ਼ ਕੀ ਹੋ ਜਾਊਗਾ ਅਸੀਂ ਉਹਦੀ ਆਵਾਜ਼ ਨੂੰ ਸੰਸਕਾਇ ਬਲੈਕ ਕਲਾਉਡ ਵਿਲ ਬੈਨਿਸ਼ ਐਂਡ ਵੀ ਸ਼ਲ ਹੀਅਰ ਹਿਸ ਵੌਇਸ ਬਟ ਦਸ ਅ ਵਰਲਡ ਲੈਂਬ ਇਨ ਹੈਰ ਮੈਨੇ ਤੁਹਾਨੂੰ ਪਹਿਲਾਂ ਹੀ ਦੱਸਤਾ ਲੈਂਬ ਇਨ ਇਨੋਸੈਂਟ ਚਾਈਲਡ ਤੇ ਇਨੋਸੈਂਟ ਚਾਈਲਡ ਕੌਣ ਹੈ ਅਫਰੀਕਾ ਦਾ ਬੱਚਾ ਹੈ ਤਾਂ ਅਫਰੀਕਨ ਪੀਪਲ ਵੀ ਕਹਿ ਸਕਦੇ ਆ ਇਨੋਸੈਂਟ ਚਾਈਲਡ ਵੀ ਕਹਿ ਸਕਦੇ ਆ ਇਨੋਸੈਂਸ ਵੀ ਇਹਦਾ ਮਤਲਬ ਇਨੋਸੈਂਟ ਤੋਂ ਹੈ ਇਨੋਸੈਂਟ ਚਾਈਲਡ ਲੈਟਸ ਗੋ ਟੂ ਦ ਨੈਕਸਟ ਸਟੈਂਜਾ ਦੈਸ ਡਿਡ ਮਾਈ ਮਦਰ ਸੇ ਐਂਡ ਕਿਸਡ ਮੀ ਮੇਰੀ ਮਦਰ ਨੇ ਸਾਰਾ ਕੁਝ ਕਿਹਾ ਤੇ ਮੈਨੂੰ ਕਿਸ ਕੀਤਾ ਪਿਆਰ ਕੀਤਾ ਐਂਡ ਦੈਸ ਆਈ ਸੀ ਟੂ ਲਿਟਲ ਇੰਗਲਿਸ਼ ਬੋਏ ਮੈਂ ਹੁਣ ਅੰਗਰੇਜ਼ੀ ਬੱਚੇ ਨੂੰ ਇਹ ਕਹਾਂਗਾ ਵੈਨ ਆਈ ਫਰਮ ਬਲੈਕ ਐਂਡ ਹੀ ਫਰਮ ਵਾਈਟ ਕਲਾਊਡ ਫਰੀ ਜਦੋਂ ਉਹ ਕਾਲੇ ਬੱਦਲ ਤੋਂ ਚਿੱਟੇ ਬੱਦਲ ਤੋਂ ਸੌਰੀ ਮੈਂ ਕਾਲੇ ਬੱਦਲ ਤੋਂ ਮੇਰਾ ਬੱਦਲ ਕਿਹੜਾ ਕਾਲਾ ਕਿਉਂਕਿ ਮੇਰਾ ਫੇਸ ਕਾਲਾ ਹੈ ਤੇ ਉਹਦਾ ਬੱਦਲ ਕਿਹੜਾ ਵਾਈਟ ਅਸੀਂ ਦੋਨੋਂ ਉਹ ਤੋਂ ਫ੍ਰੀ ਹੋ ਜਾਾਂਗੇ ਐਂਡ ਟਰਾਊਟ ਦਾ ਟੈਂਟ ਆਫ ਗੋਡ ਲਾਈਕ ਲੈਂਪਸ ਬੀ ਜੋਏ ਤਾਸੀਂ ਪਰਮਾਤਮਾ ਦੇ ਟੈਂਟ ਦੇ ਵਿੱਚ ਇੰਜੋਏ ਕਰਾਂਗੇ ਕਿਹਦੀ ਤਰ੍ਹਾਂ ਇਨੋਸੈਂਟ ਚਿਲड्रन ਦੇ ਤਰ੍ਹਾਂ ਆਈ ਵਿਲ ਸ਼ੇਡ ਇਹਦੇ ਕੁਐਸਚਨਸ ਦੇਖ ਲੇ ਪਹਿਲਾਂ ਇਸੇ ਪੈਰੇ ਦੇ ਆਪਾਂ ਕੀ ਕਹਿੰਦੀ ਉਹਦੀ ਮਦਰ ਬੱਡ ਦਸ ਮਦਰ ਸੇ ਉਹ ਹੀ ਉਹ ਮਦਰ ਨੇ ਸਾਰਾ ਕੁਝ ਉੱਪਰ ਦੱਸਿਆ ਇਸ ਮਦਰ ਸੇ ਦੈਟ ਦ ਬਲੈਕ ਕਲਰ ਆਫ ਦ ਬੋਡੀ ਇਜ਼ ਓਨਲੀ ਲਾਈਕ ਅ ਕਲਾਊਡ ਐਂਡ ਸਨ ਗਿਵਸ ਇਟਸ ਹੀਟ ਐਂਡ ਲਾਈਟ ਟੂ ਆਲ

god of home of god ਇਹ ਤਰਤੀਬੀ ਹੋ ਸਕਦੀ ਹੈ ਪੈਰਾਡਾਈਸ ਵੀ ਹੋ ਸਕਦਾ ਹੈ ਪਰਮਾਤਮਾ ਦਾ ਕਰ ਨੈਕਸਟ ਸਟੈਂਜਾ ਆਈ ਵਿਲ ਸ਼ੇਡ ਹਿਮ ਫਰਮ ਦ ਹੀਟ ਟਿਲ ਹੀ ਕੈਨ ਬੀਅਰ ਮੈਂ ਉਸਨੂੰ ਛਾਂ ਕਰਾਂਗਾ ਧੁੱਪ ਤੋਂ ਟੂ ਲੀਨ ਇੰਜੋਏ ਅਪਨ ਆਰ ਫਾਦਰਜ਼ ਨੀ ਅਸੀਂ ਬੜੀ ਖੁਸ਼ੀ ਦੇ ਵਿੱਚ ਲੀਨ ਕੀ ਹੁੰਦੇ ਝੁਕਣਾ ਆਪਣੇ ਪਿਤਾ ਦੇ ਗੋਡਿਆਂ ਤੇ ਐਂਡ ਦੈਨ ਆਈ ਵਿਲ ਸਟੈਂਡ ਐਂਡ ਸਟ੍ਰੋਕ ਹਿਸ ਸਿਲਵਰ ਹੇਅਰ ਫਿਰ ਮੈਂ ਖੜਾ ਹੋ ਕੇ ਉਸ ਦੇ ਵਾਈਟ ਹੇਅਰ ਦੇ ਵਿੱਚ ਸਿਲਵਰ ਹੇਅਰ ਕਿਨੂੰ ਕਿਹਾ ਗਿਆ ਵਾਈਟ ਹੇਅਰ ਚਮਕਦੇ ਵਾਲਾਂ ਦੇ ਵਿੱਚ ਉਂਗਲਾਂ ਫੇਰਾਂਗਾ ਸਟ੍ਰੋਕ ਉਂਗਲੀਆਂ ਫੇਰਨਾ ਪਿਆਰ ਕਰਨਾ ਐਂਡ ਵੀ ਲਾਈਕ ਹਿਮ ਐਂਡ ਹੀ ਵਿਲ ਦੈਨ ਲਵ ਮੀ ਤੇ ਮੈਂ ਵੀ ਉਸ ਵਰਗਾ ਹੋ ਜਾਵਾਂਗਾ ਤੇ ਉਹ ਵੀ ਮੈਨੂੰ ਪਿਆਰ ਕਰੇਗਾ ਅਰਥਾਤ ਅੰਤ ਦੇ ਵਿੱਚ ਉਹ ਦੋਨੋਂ ਇੱਕੋ ਜਿਹੇ ਹੋ ਜਾਣਗੇ ਕਿਉਂਕਿ ਉਹਨਾਂ ਦਾ ਪਿਤਾ ਇੱਕ ਹੈ ਪਰਮਾਤਮਾ ਇਸ ਕਰਕੇ ਦੋਨੋਂ ਹੀ ਇੱਕ ਦੂਜੇ ਨੂੰ ਪਿਆਰ ਕਰਨਗੇ ਹੂ ਵਿਲ ਸ਼ੇਡ ਹਿਮ ਫਰਮ ਦ ਹੀਟ ਕੌਣ ਸ਼ੇਡ ਕਰੇਗਾ ਬਲੈਕ ਬாய் ਮਿਲ ਸ਼ੇਡ ਹਿਮ ਫਰਮ ਦ ਹੀਟ ਵਾਟ ਡੂ ਯੂ ਅੰਡਰਸਟੈਂਡ ਬਾਈ ਸਿਲਵਰ ਹੇਅਰ ਸਿਲਵਰ ਹੇਅਰ ਦਾ ਕੀ ਮੀਨਜ਼ ਇਅਰ ਆਫ ਦ ਬਲੈਕ ਬாய் ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੇਅਰ ਆਫ ਦ ਬਲੈਕ ਬாய் ਆਪਾਂ ਇਹਦੇ ਵਿੱਚ ਇੱਕ ਰਾਈਮਿੰਗ ਪੇਅਰ ਦੇਖ ਲਈਏ ਵਸਤਾ ਕਿਸੇ ਚ ਵੀ ਹੋ ਸਕਦੇ ਨੇ ਉਹ ਰਾਈਮਿੰਗ ਪੇਅਰ ਤਾਂ ਵਿਚਾਲੋਂ ਆਪਾਂ ਜੇ ਵਿੱਚੋਂ ਦੇਖੀਏ ਜਿਵੇਂ ਟਿਲ ਵੈਲ ਪਰ ਅਕਸਰ ਜਿਹੜੇ ਰਾਈਮਿੰਗ ਪੇਅਰ ਨੇ